ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਜਿਸ ਤੋਂ ਬਾਅਦ ਲਗਾਤਾਰ ਨੁਮਾਇੰਦੇ ਜਿਹੜੇ ਉਹ ਪਹੁੰਚ ਰਹੇ ਨੇ, ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਗੱਲ ਕਰੀਏ ਤਾਂ ਰਵਨੀਤ ਬਿੱਟੂ ਪਹੁੰਚੇ ਨੇ ਔਰ ਗੱਲਬਾਤ ਕਰਨ ਦੀ ਵੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ। ਕੇਂਦਰੀ ਮੰਤਰੀ ਬਣੇ ਨੇ, ਦੇਖੋ ਸਾਰਾ ਕੁਛ, ਸਾਰਾ ਕੁਛ ਪਾਰਟੀ ਦਾ ਏ ਤੇ ਪਾਰਟੀ ਦਫ਼ਤਰ ਜਿਹੜਾ ਉਹ ਮੱਥਾ ਟੇਕਣ ਆਏ ਆ ਤੇ ਉਦੋਂ ਬਾਅਦ ਜਾਖਰ ਸਾਹਿਬ ਨੂੰ, ਪ੍ਰਧਾਨ ਜੀ ਨੂੰ ਮਿਲ ਕੇ ਸਾਰੀ ਗੱਲ ਆ ਜਿਹੜੀ ਉਹ ਆਪਾਂ ਅੰਦਰ ਬਹਿ ਕੇ ਕਰਦੇ ਹਾਂ ਤੇ ਮੈਂ, ਮੇਰਾ ਸਿਰ ਝੁਕਦਾ ਏ ਪੰਜਾਬ ਦੇ, ਦੇਸ਼ ਦੇ ਤੇ ਖਾਸ ਤੌਰ ਤੇ ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਹੈ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ, ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਏ ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ ਹੈ। ਅੰਦਰ ਜਾ ਲੈਣ ਦਿਓ, ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗਾ। ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਜਿਸ ਤੋਂ ਬਾਅਦ ਲਗਾਤਾਰ ਨੁਮਾਇੰਦੇ ਜਿਹੜੇ ਉਹ ਪਹੁੰਚ ਰਹੇ ਨੇ, ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਗੱਲ ਕਰੀਏ ਤਾਂ ਰਵਨੀਤ ਬਿੱਟੂ ਪਹੁੰਚੇ ਨੇ ਔਰ ਗੱਲਬਾਤ ਕਰਨ ਦੀ ਵੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ। ਕੇਂਦਰੀ ਮੰਤਰੀ ਬਣੇ ਨੇ, ਦੇਖੋ ਸਾਰਾ ਕੁਛ, ਸਾਰਾ ਕੁਛ ਪਾਰਟੀ ਦਾ ਏ ਅਤੇ ਪਾਰਟੀ ਦਫ਼ਤਰ ਜਿਹੜਾ ਉਹ ਮੱਥਾ ਟੇਕਣ ਆਏ ਆ ਅਤੇ ਉਦੋਂ ਬਾਅਦ ਜਾਖੜ ਸਾਹਿਬ ਨੂੰ, ਪ੍ਰਧਾਨ ਜੀ ਨੂੰ ਮਿਲ ਕੇ ਸਾਰੀ ਗੱਲ ਆ ਜਿਹੜੀ ਉਹ ਆਪਾਂ ਅੰਦਰ ਬਹਿ ਕੇ ਕਰਦੇ ਹਾਂ ਅਤੇ ਮੈਂ, ਮੇਰਾ ਸਿਰ ਝੁਕਦਾ ਏ ਪੰਜਾਬ ਦੇ, ਦੇਸ਼ ਦੇ ਤੇ ਖਾਸ ਤੌਰ ਤੇ ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਅਤੇ ਉਹੀ ਗੱਲਾਂ ਹੈ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ, ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਏ ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ ਹੈ। ਅੰਦਰ ਜਾ ਲੈਣ ਦਿਓ, ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।